recipe of this drink. Yep. Some lemon, ginger soda. Ginger soda. That's it. हाँ जी कितना सारे वेलकम बैक टू डू ब्रो चैनल अगेन आफ्टर सो लॉन्ग टाइम आई थिंक आफ्टर सिक्स मंथ नियर अबाउट सिक्स मंथ व्लॉग अगेन स्टार्ट करने लगे हैं 5-6 महीने बाद जो भी एक्टिविटी जिथे भी जावे सेम कैमरा अपने नाल ऑन रहूगा है अपना छोटा भाई तुसी पहचान दे हो है ना तो आउटिंग है थोड़ी फ्रेंड दोस्त मित्रों के नाल जो जो भी होया थोनों असी अपडेट करते रहेंगे पासपोर्ट चेक लो पासपोर्ट गड्डी च रख के डेली अंदर रूम दे विच लॉक कवर नु ला के रखदा वी उत्थे रख्या होया मेरा लॉकर नु लॉक ला दे पासपोर्ट आ पिया मेरे क्या यार आउटिंग तकड़ी होण वाली आ मतलब एदा ही गर्मी दे विच मूड कोई नहीं सी मित्र दा बर्थडे आ सेलिब्रेशन जाना करना ओदे कोल बैठ के ते उहने इनवाइट कीता सीगा फिर उस तों बाद कोई आउटिंग होई फिर कैमरा ऑन शाउन सारा कुछ चलूगा ब्लॉग कंटिन्यू रखांगे और लेकिन बड़ा एक्साइटेड है यार आज काफ़ी लॉन्ग टाइम बाद आफ्टर सो लॉन्ग टाइम यार ब्रो शुरू किया वा पता नहीं लग रहा की बोलना है एक्साइटमेंट दे विच है ना इदां ही लॉन्ग टाइम ता हो गया अल्लाह ताला दे शुक्र ना आपां सलून ओपन किया जिहड़ी लास्ट वीडियो पाई हुई है ते ओहदे विच बिजी सी रीजन तो होंगे ना बिहाइंड कि भी क्यों नहीं किया बिजी सी बेशक बिजी सी ते अल्फा जोन का अजकल तो सोशल मीडिया से ना सुनिया होना या कुछ भी देखा अगर नहीं भी देखा तो प्लीज़ देख लियो अल्फा जोन जैन सलून दुबई अल गिसेस दे विच ओपन है ठीक है वो अपना ही है सारे का ठीक है आओ विजिट करो और सानू जरूर मिलना आगे ओके चलो चलते हूँ कैरी ऑन हो गया भाई ने गड्डी स्टार्ट करती तो देखते हैं कि हिसाब बनता की कहें है ना दुनियादारी ब्लॉग की कहती है You might have heard about them in the news. They've been called murderers, violent, destructive, law-breaking, and criminals. And I can tell you that a lot of what you've heard is true. ਨੀ ਤੂੰ ਉਹਦੇ ਪਿੱਛੇ ਗੇੜੇ ਮਾਰਦੀ ਜੀ ਤੋਂ ਡਰਦੀ ਆ ਮੌਤ ਬਲੀਏ ਉਹ ਗੁੱਸਾ ਆ ਲਦੇਣ ਵਰਗਾ ਅੱਤਵਾਦੀ ਜੀ ਆ ਖੌਫ ਬਲੀ ਗੱਲਾਂ ਬਹੁਤ ਆ ਕਰਨ ਵਾਲੀਆਂ ਕਿਉਂਕਿ ਦੱਸਣਾ ਵੀ ਆ ਬਿਜ਼ੀ ਕਿਉਂ ਸੀਗੇ ਸਾਰਾ ਕੁਝ ਕਿਦਾਂ ਜੋ ਬਾਈ ਨੇ ਦੱਸਿਆ ਬਿਜ਼ਨਸ ਓਪਨ ਕਰਨਾ ਸੈਲੂਨ ਸਾਰਾ ਇੱਧਰ ਸੈਟਅਪ ਸਾਰੇ ਡਾਕੂਮੈਂਟੇਸ਼ਨ ਸਾਰੀ ਸ਼ਿਫਟਿੰਗ ਵਗੈਰਾ ਹੈ ਨਾ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਨਾ ਜਿਵੇਂ ਅਸੀਂ ਰਹਿੰਦੇ ਹਾਂ ਅਲੈਨ ਦੇ ਵਿੱਚ ਬਿਜ਼ਨਸ ਸ਼ੁਰੂ ਹੋਇਆ ਸੈਲੂਨ ਦਾ ਤਾਂ ਉਹਦੇ ਕਰਕੇ ਅਸੀਂ ਸ਼ਿਫਟ ਹੋਏ ਹਾਂ ਇੱਥੇ ਦੁਬਈ ਦੇ ਵਿੱਚ ਹੁਣ ਇੱਕ ਅਪਾਰਟਮੈਂਟ ਦੁਬਈ ਦੇ ਵਿੱਚ ਵੀ ਆ ਔਰ ਅਲੈਨ ਦੇ ਵਿੱਚ ਫੈਮਲੀ ਆ ਬਟ ਬੱਚੇ ਗਏ ਹੋਏ ਨੇ ਇੰਡੀਆ ਉੱਥੇ ਸਟੱਕ ਹੋ ਗਏ ਸੀ ਡਿਊ ਟੂ ਕਰੋਨਾ ਹੈ ਨਾ ਤਾਂ ਕਰਕੇ ਔਰ ਬਾਈ ਦੀ ਫੈਮਲੀ ਤਾਂ ਇੱਥੇ ਹੀ ਆ ਅਲੈਨ 'ਚ ਹੀ ਅਤੇ ਅਸੀਂ ਵੀ ਦੋ ਹਫ਼ਤਿਆਂ ਤੋਂ ਤਿੰਨ ਹਫ਼ਤੇ ਹੋ ਗਏ ਦੋ ਤਿੰਨ ਹਫ਼ਤੇ ਹੋ ਗਏ ਮਹੀਨਾ ਹੋਣ ਵਾਲਾ ਮਹੀਨਾ ਹਾਂ ਤਕਰੀਬਨ ਮਹੀਨਾ ਹੀ ਹੋਣ ਵਾਲਾ ਅਸੀਂ ਵਾਪਸ ਅਲੈਨ ਨਹੀਂ ਗਏ ਕਿਉਂ ਬੰਦ ਕੀਤਾ ਹੋਇਆ ਸੀ ਸਾਰਾ ਪਰਮਿਟ ਪਰਮਿਟ ਦੀ ਜ਼ਰੂਰ ਸੀ ਔਰ ਆਬੂ ਧਾਬੀ ਨੇ ਸਾਰਾ ਕੁਛ ਹਾਂ ਅਤੇ ਅੱਜ ਓਪਨ ਹੋਇਆ ਅੱਜ ਲੇਕਿਨ ਅੱਜ ਅਸੀਂ ਜਾ ਰਹੇ ਹਾਂ ਬਾਹਰ ਆਊਟਿੰਗ 'ਤੇ ਅਗਲੇ ਹਫ਼ਤੇ ਮੋਸਟ ਪ੍ਰੋਬੇਬਲੀ ਗੋਇੰਗ ਟੂ ਅਲੈਨ ਅਪਾਰਟਮੈਂਟ 'ਚੋਂ ਗੱਡੀ ਲੈ ਕੇ ਆ ਗਏ ਅਸੀਂ ਆਪਦੇ ਸਲੂਨ ਦੇ ਸਾਹਮਣੇ ਅਲਫਾ ਜ਼ੋਨ ਜੈਨ ਸਲੂਨ ਓਕੇ ਥੋੜ੍ਹੀ ਪਾਰਕਿੰਗ ਕਰਕੇ ਥੋੜ੍ਹਾ ਪਿੱਛੇ ਰੁਕੇ ਹਾਂ ਅਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਈ ਜੀ ਸਲੂਨ 'ਤੇ ਓਕੇ ਉੱਥੇ ਕੈਮਰਾ ਔਨ ਕਰਨਾ ਇਹ ਬੰਦਾ ਹੋਈ ਸੀ ਜਿਹੜਾ ਹੁਣੀ ਗੱਡੀ 'ਚ ਬੈਠਾ ਪਹਿਲਾਂ ਆ ਕੇ ਬਹਿ ਗਿਆ ਇਹ ਪੁਰਾਣਾ ਬਾਰ ਬਾਰਾ ਸਾਡਾ ਇਹਨੂੰ ਤੁਸੀਂ ਦੇਖਿਆ ਹੋਣਾ ਕਈ ਵੀਡੀਓਜ਼ ਦੇ ਵਿੱਚ ਵਲੌਗ ਦੇ ਵਿੱਚ ਅਹਿਸਾਨ ਅਲੀ ਇਹ ਬੰਦਾ ਨਵਾਂ ਮਿਸਟਰ ਕਰਨ ਫਰੋਮ ਇੰਡੀਆ ਇੰਡੀਆ ਪੰਜਾਬ ਮੋਗਾ ਨਾਓ ਮਿਸਟਰ ਬੈਸਲ ਫਰੋਮ ਸੀਰੀਆ ਹੀ ਇਜ਼ ਡੂਇੰਗ ਹਿਸ ਜੌਬ ਇਹ ਬੰਦਾ ਬੁੱਧੂ ਬਹੁਤ ਬੁੱਧੂ ਬੰਦਾ ਹੈ ਇਹ ਪਹਿਲੇ ਵਲੌਗ ਦੇ ਨਾਲ ਮੇਰਾ ਦਿਮਾਗ ਆਉਂਦਾ ਟੀਮ ਨੂੰ ਸਾਡੀ ਨੂੰ ਤੁਸੀਂ ਮਿਲ ਲਿਓ ਇੰਨਾ ਕਿ ਟਾਈਮ ਸੀ ਨਾਓ ਵੀ ਆਰ ਗੋਇੰਗ ਟੂ ਆਊਟਸਾਈਡ ਇਹ ਕੁਰਸੀਆਂ ਲੱਗੀਆਂ ਨਾ ਇਹ ਡਿਜ਼ਾਇਨ ਨਹੀਂ ਹੈਗਾ ਇਹ ਡਿਜ਼ਾਇਨ ਹੈਗਾ ਕੋਵਿਡ-19 ਦਾ ਇੱਥੇ ਰੂਲ ਫੋਲੋ ਕਰਨੇ ਆ ਡਿਸਟੈਂਸ ਇੱਕ ਬੰਦਾ ਉੱਥੇ ਖੜੂਗਾ
ਔਰ ਇੱਕ ਬੰਦਾ ਇੱਥੇ ਇੱਕ ਬੰਦਾ ਗਵਰਨਮੈਂਟ ਦੇ ਬੰਦੇ ਆਏ ਵਲਦੀਆ ਉਹਨਾਂ ਨੇ ਆ ਕੇ ਪੈਕ ਕੀਤਾ ਸਾਰਾ ਕੁਛ ਕਹਿੰਦੇ ਰੂਲ ਫੋਲੋ ਕਰੋ ਜਦੋਂ ਅਲਫਾ ਜ਼ੋਨ ਜ਼ੈਨ ਸਲੂਨ ਦੇ ਅੰਦਰ ਤੁਸੀਂ ਐਂਟਰ ਹੋਵੋਗੇ ਵਾਈਫਾਈ ਫ੍ਰੀ ਆ ਕਾਫੀ ਫ੍ਰੀ ਆ ਫੋਰ ਕਸਟਮਰਸ ਟੋਟਲੀ ਫ੍ਰੀ ਆ ਵੀ ਚੁਕਾਤਾ ਗਵਰਨਮੈਂਟ ਨੇ ਕਹਿੰਦੇ ਵੇਟਿੰਗ ਨੋਟ ਅਲਾਊਡ ਸ਼ੂਗਰ ਬਾਈ ਸ਼ੂਗਰ ਨਹੀਂ ਨੋ ਸ਼ੂਗਰ ਨੋ ਸ਼ੂਗਰ ਪਹਿਲਾਂ ਕਾਫੀ ਦੇ ਦਿੱਤਾ ਵੈਸੇ ਅਸੀਂ ਵੈਰੀ ਹਾਂ ਪੂਰੇ ਅਤੇ ਸਲੂਨ 'ਚ ਜਦੋਂ ਐਂਟਰ ਹੁੰਦੇ ਆ ਸਰਵ ਹੁੰਦੀ ਆ ਆ ਕੇ ਇੱਕ ਵਾਰ ਕਾਫੀ ਦਾ ਕੱਪ ਜ਼ਰੂਰ ਟੇਸਟ ਕਰਕੇ ਜਾਓ ਭਾਈ ਜੀ ਬਹੁਤ ਤੁਹਾਡਾ ਆਪਣਾ ਪੰਜਾਬੀ ਭਰਾਵਾਂ ਦਾ ਸਲੂਨ ਆ ਕੇ ਸਰਵਿਸ ਨੂੰ ਇੰਜੋਏ ਕਰੋ ਕਿੱਥੇ ਆਪਣਾ ਸਲੂਨ ਛੋਟੇ ਦੱਸੀ ਡਮਾਸਕਸ ਸਟਰੀਟ ਅਲਗਸੇਸ ਬਿਲਡਿੰਗ ਨੰਬਰ 33 ਕਾਫੀ ਟਾਈਮ ਬਾਅਦ ਆਪਾਂ ਬਲੌਗ ਕਰਨ ਲੱਗਿਆ ਨਾ ਕਾਫੀ ਟਾਈਮ ਬਾਅਦ ਕੁਛ ਬੋਲ ਵੀ ਨਾ ਕੋਈ ਇਹੋ ਜਿਹੀ ਬੰਦਾ ਨੂੰ ਕਹੇ ਗੱਲਬਾਤ ਵੀ ਹਾਂ ਬਹੁਤ ਟਾਈਮ ਬਾਅਦ ਕਰਨ ਲੱਗਿਆ ਸਾਲਿਆ ਇੱਦਾਂ ਨਹੀਂ ਕਹਿ ਬੰਦੇ ਨੂੰ ਵੀ ਅਸੀਂ ਬਹੁਤ ਟਾਈਮ ਬਾਅਦ ਕਰਨ ਲੱਗੇ ਤੇ ਸਾਨੂੰ ਮਤਲਬ ਕਿ ਤੁਹਾਡਾ ਪਿਆਰ ਮੁਹੱਬਤ ਅਸੀਂ ਬਹੁਤ ਟਾਈਮ ਤੇ ਸਾਨੂੰ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਓਏ ਆ ਤਾਂ ਗੱਲ ਕਹੀ ਨਹੀਂ ਆ ਤਾਂ ਗੱਲ ਕਹੀ ਹੋਈ ਨਹੀਂ ਸਟਾਰਟਿੰਗ ਚੋ ਇਹ ਤਾਂ ਮੇਨ ਆ ਬਾਈ ਜੀ ਵਲੌਗ ਜਦੋਂ ਅਪਲੋਡ ਕਰਾਂਗੇ ਤਾਂ ਪਲੀਜ਼ ਡੂ ਕਮੈਂਟ ਸ਼ੇਅਰ ਐਂਡ ਲਾਈਕ ਯੇਪ ਯੋਪ ਯੇਪ ਐਂ ਲੱਗਦਾ ਵੀ ਦੁਨੀਆਂ 'ਤੇ ਕੁਛ ਹੋਇਆ ਹੀ ਨਹੀਂ ਲੇਕਿਨ ਇਹ ਵੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਕਰੋਨਾ ਦਾ ਟਾਈਮ ਦਾ ਵਰਸਟ ਟਾਈਮ ਇਨ ਦਾ ਵਰਲਡ ਆਈ ਥਿੰਕ ਇਹ ਜੋ ਆਪਣੀ ਜਨਰੇਸ਼ਨ ਨੇ ਦੇਖਿਆ ਸੁਣਿਆ ਤਾਂ ਹੈ ਵੀ ਹਰ ਇੱਕ ਸਦੀ ਦੇ ਵਿੱਚ ਇਹ ਇਹੋ ਜਿਹੀ ਕਾਇੰਡ ਆਫ ਪੈਂਡਾਮਿਕ ਆਉਂਦੀ ਹੁੰਦੀ ਆ ਬਿਮਾਰੀ ਅਤੇ ਲੇਕਿਨ ਅੱਖੀਂ ਵੀ ਦੇਖੀ ਆ ਇਹ ਹੁਣ ਇਹ ਜਨਰੇਸ਼ਨ ਨੇ ਕਾਫੀਆਂ ਨੇ ਕਾਫੀਆਂ ਲਈ ਵਰਸਟ ਟਾਈਮ ਆ ਬੈਡ ਟਾਈਮ ਆ ਠੀਕ ਆ ਕਿਉਂਕਿ ਚੱਲਦੀ ਰੈਗੂਲਰ ਲਾਈਫ ਚੰਗੀ ਭਲੀ ਚੱਲਦੀ ਲਾਈਫ ਨੂੰ ਕਰੋਨਾ ਨੇ ਕਿੱਕ ਆਊਟ ਕੀਤਾ ਮਤਲਬ ਐਡੀ ਜ਼ੋਰ ਦੀ ਪਿਛਵਾੜ 'ਤੇ ਕਿੱਕ ਮਾਰੀ ਨਾ ਲਾਈਫ ਨੂੰ ਅਤੇ ਕੀ ਬਿਆਨ ਕਰੀਏ ਹੁਣ ਕੀ ਬਿਆਨ ਕਰੀਏ ਕਈ ਤਾਂ ਵਿਚਾਰੇ ਜਾਨੋ ਹੱਥੋਂ ਬੈਠੇ ਹੌਲੀ ਕਰ ਲਾ ਅਤੇ ਉਹ ਵੀ ਇੱਕ ਸਾਡੇ ਦਿਮਾਗ ਦੇ ਵਿੱਚ ਆ ਤਾਂ ਸਟਾਰਟ ਨਹੀਂ ਕਰ ਰਹੇ ਸੀ ਵਲੌਗ ਕਿ ਯਾਰ ਕਿੱਕ ਮੰਨ ਜਿਹਾ ਵੀ ਹੈ ਨਹੀਂ ਕਿਉਂਕਿ ਹਰ ਵਕਤ ਬੰਦਾ ਆਪਦੀਆਂ ਮੁਸੀਬਤਾਂ ਆਪਦੇ ਕੰਮ ਕਾਜਾਂ ਨੂੰ ਸੇਫ ਕਰਨ ਲਈ ਲੱਗਿਆ ਰਹਿੰਦਾ ਵਾ ਅਤੇ ਬਸ ਇਹੀ ਚੱਕਰ ਆ ਲੇਕਿਨ ਐਟ ਦਾ ਐਂਡ ਆਫ ਦਾ ਡੇ ਵਲੌਗ ਕਿਉਂ ਛੱਡਣਾ ਇਹ ਸੋਚਿਆ ਕਿ ਬਾਈਕਾਂ ਦਾ ਯਾਰ ਅੱਜ ਸਟਾਰਟ ਕਰਦੇ ਯਾਰ ਹੈ ਨਾ ਚੱਕ ਲਿਆ ਕੈਮਰਾ ਮੈਂ ਤਾਂ ਕੈਮਰਾ ਬੈਗ ਚੱਕ ਕੇ ਡਿੱਗੀ ਦੇ ਵਿੱਚ ਰੱਖ ਲਿਆ ਸੀ ਕਾਰ ਦੀ ਵੀ ਜੇ ਮੂਡ ਬਣਿਆ ਤਾਂ ਸਟਾਰਟ ਕਰਾਂਗੇ ਅਦਰਵਾਈਜ਼ ਨਹੀਂ ਅਤੇ ਬਾਈ ਦੀ ਹੱਲਾ ਜੋਰੀ ਨਾਲ ਆਪਾਂ ਸਟਾਰਟ ਕਰਦਾ ਫਿਰ ਹੁਣ ਚੱਲਦੇ ਹਾਂ ਫਿਰ ਕਰੋ ਗੱਲਬਾਤ ਪੂਰੀ ਘੈਂਟ ਐਡੀਡਾਸ ਦੇ ਸ਼ੋਰੂਮ 'ਚ ਆਊਟਲੈਟ 'ਚ ਆ ਗਏ ਹਾਂ ਕਿਉਂਕਿ ਫਰੈਂਡ ਦਾ ਬਰਥਡੇ ਆ ਉਹਨੂੰ ਕੁਛ ਗਿਫਟ ਦੇਖ ਲਈ ਉਹ ਵੀ ਸਾਡੇ ਵਰਗਾ ਉਹਨੂੰ ਸਾਨੂੰ ਪਤਾ ਉਹਨੂੰ ਕੀ ਪਸੰਦ ਆ ਹੈ ਨਾ ਇੱਥੋਂ ਹੀ ਮਿਲਣਾ ਲੈਟਸ ਗੋ ਦਿਸ ਇਜ਼ ਦਾ ਗਿਫਟ ਲਿਆ ਜੀ ਬੜਾ ਘੈਂਟ ਲੱਗਿਆ ਸਾਨੂੰ ਮੈਨੂੰ ਲੱਗਦਾ ਰਾਤ 'ਚ ਆਉਂਦਾ ਵੀ ਮੈਂ ਹੀ ਨਾ ਪਾ ਲਈ ਮੈਨੂੰ ਪਸੰਦ ਹਾਂ ਹੁਣ ਦੱਸ ਟੀ ਸ਼ਰਟ ਲਈ ਆ ਫਰੈਂਡ ਲਈ ਗਿਫਟ ਅਤੇ ਇੱਕ ਲਈ ਆ ਮੈਂ ਆਪਦੇ ਲਈ ਅਤੇ ਮੇਰੇ ਲਈ ਲਈ ਆ ਉਹ ਵਧੀਆ ਆਹੀ ਆਹੀ ਇਮਰਿਟਸ ਲੋਗੋ ਇਮਰਿਟ ਲੋਗੋ ਵਾਲੀ ਅਤੇ ਬਾਈ ਨੂੰ ਕਿਹਾ ਵੀ ਆਹ ਇੱਕ ਇਮਰਿਟ ਤੇਰੇ ਕੋਲ ਹੈਗੀ ਆ ਇੱਕ ਮੈਂ ਪਾ ਲਿਆ ਕਰੂੰ ਇਹਦੇ ਕੋਲ ਪੁੰਮਾ ਦੀ ਆ ਮੇਰੇ ਕੋਲ ਐਡੀਡਾਸ ਦੀ ਹੋ ਜੂਗੀ ਕਹਿੰਦਾ ਬਾਈ ਜਾ ਭੱਜ ਕੇ ਆਪਦੇ ਲਈ ਟੀ ਸ਼ਰਟ ਚੱਕ ਲਿਆ ਵੀ ਠੀਕ ਆ ਇਹ ਜੀ ਸੇਮ ਚੱਕ ਲਿਆ ਸੋਹਣੀ ਆ ਨਾ ਮੈਂ ਗਿਆ ਭੱਜ ਕੇ ਮੇਰੇ ਕੋਲ ਪਿੱਛੇ ਪਿੱਛੇ ਹੈਗਾ ਕਹਿੰਦਾ ਫਿਰ ਆਪਣੇ ਖੁੱਲੀ ਨਹੀਂ ਹੋਊਗੀ ਯਾਰ ਇਹ ਮਤਲਬ ਆਪਣੇ ਤੇ ਕਿੱਥੇ ਆਪਦੇ ਲਈ ਸੈਂਟੈਂਸ 'ਚ ਥੋੜ੍ਹਾ ਫਰਕ ਆ ਆਪਾਂ ਫੜ ਲਿਆ ਅਤੇ ਹੁਣ ਮੈਨੂੰ ਡਾਊਟ ਆ ਟੀ ਸ਼ਰਟ ਇਹ ਪਾ ਸਕਦਾ ਵਾ ਲੇਕਿਨ ਆਪਾਂ ਪਾਉਣ ਨਹੀਂ ਦੇਣੀ ਸਮਝਦੇ ਆ ਇਹ ਕਿਹੜਾ ਸਾਰਾ ਟਾਈਮ ਘਰੇ ਹੁੰਦਾ ਚੱਲ ਠੀਕ ਆ ਫਿਰ ਮਿਲਦੇ ਹਾਂ ਸਿੱਧਾ ਫਿਲਿਪ ਕੋਲੇ ਮਿਲਦੇ ਹਾਂ ਬਹੁਤ ਦੂਰ ਰਹਿੰਦਾ ਯਾਰ ਉਹ ਰੱਬ ਦੀਆਂ ਜੜਾਂ 'ਚ ਰੱਬ ਦੀਆਂ ਜੜਾਂ 'ਚ ਕਹਿੰਦਾ ਬਹੁਤ ਦੂਰ ਬਿਲਕੁਲ ਬੜਾ ਡਿਵੈਲਪ ਕਰਤਾ ਯਾਰ ਏਰੀਆ ਗਾਇਸ ਫਾਈਨਲੀ ਵੀ ਰੀਚਡ ਹੇਅਰ ਮੇਰੇ ਵਾਲ ਬਾਹਰ ਆ ਗਏ
ਤੇ ਇਹ ਪਿੱਛੇ ਤੁਸੀਂ ਉਹ ਬਿਲਡਿੰਗ ਦੇਖਦੇ ਹੋ ਨਾ, ਇਹ ਵਾਲੀ ਬਿਲਡਿੰਗ ਹੈ। ਤੇ ਭਾਈ ਹਲੇ ਉਤਰੂਗਾ, ਗੱਲ ਕੁਛ ਨਹੀਂ, ਨਾਈਟ ਸਟੇ ਆਏ ਮੁੰਡੇ ਕੋਲ, ਅਤੇ ਸਵੇਰੇ ਕੁਛ ਪਲਾਨ ਹੈਗਾ ਬਾਹਰ ਜਾਣ ਦਾ, ਆਊਟਿੰਗ ਕਰਨ ਦਾ, ਸ਼ਾਇਦ ਅਰਲੀ ਇਨ ਦਾ ਮੋਰਨਿੰਗ ਨਿਕਲਾਂਗੇ, ਅਤੇ ਉਸ ਤੋਂ ਬਾਅਦ ਫਿਰ ਉਵੇਂ ਅਪਡੇਟ ਚੱਲੂਗਾ। ਠੀਕ ਹੈ, ਅੱਜ ਦਾ ਵਲੋਗ ਅੰਦਰ ਜਾ ਕੇ ਤੁਹਾਨੂੰ ਅਪਡੇਟ ਕਰਦੇ ਹਾਂ, ਅਤੇ ਅੱਜ ਦੀ ਨਾਈਟ ਦਾ ਅੱਜ ਪਾਰਟ ਔਰ ਕੱਲ੍ਹ ਦਾ ਡੇ ਦਾ ਕੱਲ੍ਹ ਨੂੰ ਪਾਰਟ, ਦੋ ਵਲੋਗ ਰੈਡੀ ਕਰਨਾ। ਸਾਰਾ ਸਮਾਨ ਕੱਢ ਲਿਆ, ਠੀਕ ਹੈ, ਅਤੇ Hey, Mr. Philip, you sleep? Yalla, come on in. After 2 weeks, right? Yeah. Before 2 weeks, we are here. Yeah. Guys, this is the man, our birthday boy, Mr. Philip. Me, asshole board in this. our fixed customer. Yes. Our fixed customer. Very good salute. Visit them. Bhai ji, Philip ko le pahunch gaya. I'm talking in Punjabi because I'm doing in Punjabi that. Happy birthday. Thank you. He's a nice guy, Baba. I am a bad asshole. Don't believe me. You know that. Finally, ਅਸੀਂ ਆ ਗਏ ਜੀ ਆਪਣੇ ਮਿੱਤਰ ਕੋਲ, ਠੀਕ ਆ, ਤੇ ਪਲਾਨਿੰਗ ਹੁਣ ਸਾਡੀ ਗੂੜੀ ਵੀ ਚੱਲਣੀ ਹੈ। ਕੈਮਰਾ ਆਨ ਰੱਖਣਾ ਵਾ, ਜੋ ਵੀ ਕੈਪਚਰ ਹੁੰਦਾ ਗਿਆ ਵਲੌਗ ਦੇ ਵਿੱਚ ਅਪਲੋਡ ਕਰੂੰਗਾ। He offered us, you know, he offered us very good thing. I'll show you. I would like to drink something. Are you thirsty? I did not expect that. Happy birthday, bro. Yes. Can you? Wow, that's so cool. And turn out, I Emirates, fly Emirates. Oh. Fly Emirates. Thank you very much. Yeah. It's really mean, you know, like, I don't have much friends anyway. gift bande nu pasand aaya cake, friend bahar gaye ne ide, us to baad open karange, theek hai, te milde ha fir tonu thodi break de baad, theek hai, video jehdi video banayi si na, information de layi tomorrow the plan ki hai, ਉਹ ਰਿਕਾਰਡਿੰਗ ਨਹੀਂ ਹੋਈ, ਹੁਣ ਸੇਮ ਰਿਪੀਟ ਕਰਨਾ, ਡਾਇਲੋਗਸ ਰਿਪੀਟ ਕਰ ਰਹੇ ਹਾਂ ਦੱਸਣ ਲਈ ਵੀ ਹਾਂ ਕੱਲ੍ਹ ਦਾ ਪ੍ਰੋਗਰਾਮ ਕੀ ਹੈ। ਕੁਛ ਫਿਲਪ ਕਰ ਰਿਹਾ, ਕੁਛ ਮਤਲਬ ਕੁਛ ਐਕਸਾਈਟਡ ਜਿਹਾ ਦਿਖਾਈਏ ਫਿਰ ਤੁਹਾਨੂੰ, ਹੈ ਨਾ, ਲੈ ਕੇ ਚੱਲੀਏ ਕਿਚਨ ਚੋਰੀ 'ਚ। ਚਲੋ ਯਾਰ, ਮੈਮਰੀ ਕਾਰਡ ਦੇ ਵਿੱਚ ਐਰਰ ਆਉਣ ਲੱਗ ਗਈ, ਪਤਾ ਨਹੀਂ ਕਿਉਂ, ਹੁਣ ਦੇਖਣਾ ਆਪਣਾ ਬੈਗ ਦੇ ਵਿੱਚ ਹੈਗਾ ਦੂਜਾ ਮੈਮਰੀ ਕਾਰਡ ਨਹੀਂ, ਲੇਕਿਨ ਟਰਾਈ ਆ। ਕੱਲ੍ਹ ਨੂੰ ਇੱਥੇ ਬੈਠਾਂਗੇ, ਫਿਰ ਤੁਹਾਨੂੰ ਦੱਸਾਂਗੇ ਵੀ ਕੱਲ੍ਹ ਨੂੰ ਕੀ ਪਲਾਨ ਆ। ਓਕੇ, ਡਰਿੰਕ ਰੈਡੀ ਹੋ ਗਈ ਆ, ਤੁਹਾਨੂੰ ਦਿਖਾ ਦਈਏ ਕੀ ਬੰਦੇ ਨੇ ਕੀਤਾ ਸਾਡੇ ਲਈ ਵੈਲਕਮ ਡਰਿੰਕ। ਹਾਊ ਇਜ਼ ਇਟ? ਦਿਸ ਇਜ਼ ਅ ਫਸਟ ਟਾਈਮ। ਇਟਸ ਗੁੱਡ, ਰਾਈਟ? ਗੁੱਡ, ਇਟਸ ਗੁੱਡ ਬਾਬੇ, ਉਹ ਵਧੀਆ ਤਰੀਜ਼ ਉਹ ਆ, ਮਤਲਬ ਘੈਂਟ ਚੀਜ਼ ਆ, ਅਤੇ ਠੀਕ ਆ ਨਾ, ਇਹ ਪਸੰਦ ਆਉ ਤੁਹਾਨੂੰ। ਓਨਲੀ ਓਨਲੀ ਰੈਸਪੀ, ਓਨਲੀ ਰੈਸਪੀ ਆਫ ਦਿਸ ਡਰਿੰਕ। ਯਪ, ਸਮ ਲੈਮਨ ਜਿਨ ਜਿੰਜਰ ਸੋਡਾ। ਜਿੰਜਰ ਸੋਡਾ, ਦੈਟਸ ਇਟ। ਲੈਟਸ ਸੇ ਵੀ ਗੋ ਟੂ ਫੁਜੇਰਾ, ਵੇਕ ਅਪ 5 ਓਕਲੋਕ ਇਨ ਦ ਮਾਰਨਿੰਗ, ਐਂਡ ਵੀ ਗੋ ਟੂ ਫੁਜੇਰਾ, ਗੁੱਡ, ਹੀ ਇਸ ਗੋਇੰ ਟੂ ਟੇਕ ਐਨ ਆਵਰ ਐਂਡ ਹਾਫ, ਸੋ 6:30 ਵੀ ਵਿਲ ਸਟਾਰਟ ਡੂਇੰਗ ਦਿਸ। ਵਾਟ ਟਾਈਮ ਵੀ ਵਿਲ ਲੈਟ ਫਾਰ ਹਿਮ?
5 in the morning. 5? Yeah. Okay. So that's me. So, and then we will be doing the hiking. ਸਵੇਰੇ ਜਾ ਰਹੇ ਹਾਈਕਿੰਗ ਲਈ ਸਵੇਰੇ 5 ਵਜੇ ਉੱਠਾਂਗੇ ਜਾਵਾਂਗੇ ਫਜੇਰਾ ਫਜੇਰੇ ਤੋਂ ਜੋ ਵੀ ਲਟਰਮ ਪਟਰਮ ਕਰਨਾ ਜੋ ਵੀ ਐਕਟੀਵਿਟੀਜ਼ ਕਰਨੀਆਂ ਕੱਲ ਨੂੰ ਵਲੌਗ ਕਰਾਂਗੇ ਓਕੇ ਬਾਏ ਸਾਰੀ ਰਾਤ ਲੰਘਣੀ ਆ ਸਵੇਰੇ ਉੱਠ ਕੇ 5 ਵਜੇ ਅਸੀਂ ਜਾਣਾ ਫਜੇਰਾ ਹਾਈਕਿੰਗ ਕਰ ਓਕੇ ਫਿਰ ਦੇਖਦੇ ਆ ਕੀ ਹਿਸਾਬ ਦਾ ਬਣਦਾ ਬਾਏ ਡੂ ਸਬਸਕ੍ਰਾਈਬ ਡੂ ਲਾਈਕ ਅਮੇਜ਼ਿੰਗ ਗਾਇ ਆਈ ਐਮ ਸ਼ੂਰ ਯੂ ਵਿਲ ਨੈਵਰ ਗੈਟ ਡਿਸਅਪਾਇੰਟਡ ਵੈਰੀ ਵੈਰੀ ਨਾਈਸ ਹਾਂ ਛੋਟੇ ਯੂ ਵਾਂਟ ਟੂ ਸੇ ਸਮਥਿੰਗ ਅੰਗਰੇਜ਼ੀ ਦਾ ਅਗਰ ਫਲੋ ਜਾਂ ਟੁੱਟਿਆ ਟਾਟਾ ਇੱਧਰ ਉੱਧਰ ਲੱਗਿਆ ਸਾਨੂੰ ਮਾਫ਼ ਕਰ ਦਿਓ ਕਿਉਂਕਿ ਅਸੀਂ ਇੰਨੇ ਡੀਪਲੀ ਹੋਈ ਅੰਗਰੇਜ਼ੀ ਨੂੰ ਮਤਲਬ ਇੰਨਾ ਮਤਲਬ ਠੀਕ ਹੈ ਨਾ ਸਾਡੇ ਹਾਂ ਜਿਹੜੀ ਸੁਣ ਲਈ ਉਹ ਤੁਸੀਂ ਸਮਝ ਲਓ ਸਹਾਰ ਲਈ ਠੀਕ ਹੈ ਮਿਲਦੇ ਆ ਫਿਰ ਕੱਲ ਨੂੰ ਸਵੇਰੇ ਨਾ ਓਕੇ ਮੈਂ ਯਾ ਨਾ ਉਹ ਵੀ ਹੈ